ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਰਸ਼ਕੋ। ਇਸ ਵਕਤ ਹੀ ਸਪੀਤੀ 'ਚ ਅਤੇ ਬਹੁਤ ਘੈਂਟ ਮਾਹੌਲ ਆ ਅਤੇ ਬਰਫ਼ ਮਿੱਤਰੋ ਕੱਲ੍ਹ ਵੀ ਬਹੁਤ ਪੈ ਕੇ ਹਟੀ ਆ, ਪਰ ਪੰਜਾਬ ਵਰਗਾ ਮਾਹੌਲ ਨਹੀਂ। ਪੰਜਾਬ 'ਚ ਜਿਵੇਂ ਆਪਾਂ ਸਬਜ਼ੀਆਂ ਹੁੰਦੀਆਂ, ਕਣਕਾਂ ਹੁੰਦੀਆਂ, ਹੋਰ ਹੁੰਦੀਆਂ, ਉਹ ਕਹਿੰਦੇ ਨਾ ਸੱਚੀ ਗੱਲ ਆ ਲੱਭਣੀ ਨਹੀਂ ਮੌਜ ਪੰਜਾਬ ਵਰਗੀ। ਇੱਥੇ ਮਤਲਬ ਕਿ ਲੋਕ ਆਉਂਦੇ ਆ, ਦੇਖ ਕੇ ਮੁੜ ਜਾਂਦੇ ਆ, ਪਰ ਇਹਨਾਂ ਦਾ ਲੋਕਾਂ ਦਾ ਰਹਿਣਾ ਸਹਿਣਾ ਬਹੁਤ ਔਖਾ ਯਾਰ। ਵਿਚਾਰੇ ਸਾਰਾ ਸਾਰੀ ਮਤਲਬ ਕਿ 6-6 ਮਹੀਨੇ ਠੰਡ 'ਚ ਤੁਰੇ ਫਿਰਦੇ ਆ। ਉਹਨਾਂ ਨਾਲ ਮੈਂ ਗੱਲਬਾਤ ਵੀ ਕਿਤੇ ਤੁਹਾਨੂੰ ਸੁਣਾਵਾਂਗੇ। ਮਤਲਬ ਕਿ ਠੰਡ ਦੇ ਵਿੱਚ ਰਾਸ਼ਨ ਪਾਣੀ ਵੀ 6-6 ਮਹੀਨਿਆਂ ਲਿਆਉਂਦੇ ਆ। ਕਈ ਵਾਰ ਜਾਂ ਇੱਥੋਂ ਘਰ ਆ ਮਤਲਬ ਕਿ ਥੱਲੇ ਸਾਰਿਆਂ ਉੱਪਰ ਬਰਫ਼ ਪੈ ਜਾਂਦੀ ਆ ਅਤੇ ਥੱਲੇ ਕੁੱਲੂ 'ਚ ਜਾ ਕੇ ਰਹਿਣਾ ਪੈਂਦਾ ਇਹਨਾਂ ਨੂੰ, ਜਾਂ ਮਨਾਲੀ ਤੋਂ ਨੀਚੇ ਚਲੇ ਜਾਂਦੇ ਆ। ਪਰ ਇੱਕ ਦਰਸ਼ਕੋ ਗੱਲ ਹੋਰ ਆ ਗਈ, ਜਿਹੜੇ ਇਹ ਲੋਕ ਆ ਇਹਨਾਂ ਦਾ ਰਹਿਣਾ ਸਹਿਣਾ ਅਤੇ ਪ੍ਰਭਾਵ ਆ ਬਹੁਤ ਆਪਣੇ ਨਾਲੋਂ ਵੱਖਰਾ, ਪਰ ਦਿਲ ਦੇ ਵਾਲੇ ਸਹੀ ਆ, ਮਾਣਦਾਰ ਬੰਦੇ ਆ ਯਾਰ। ਆਪਣੇ ਤਾਂ ਐਵੇਂ ਲੜੀ ਝਗੜੀ ਜਾਂਦੇ ਆ, ਪਰ ਇਹਨਾਂ ਦੇ ਖੇਤੀ ਕਰਨ ਦੇ ਵੀ ਢੰਗ ਵੱਖਰੇ ਆ ਗਏ। ਮਤਲਬ ਯਾਰ ਪੱਥਰਾਂ ਦੇ ਵਿੱਚ ਉਗਾ ਕੇ ਜ਼ਮੀਨਾਂ 'ਚ ਇਹ ਫਲ ਪੈਦਾ ਕਰ ਲੈਂਦੇ ਆ, ਟਮਾਟਰ ਪੈਦਾ ਕਰੀ ਬੈਠੇ ਆ, ਮਟਰ ਪੈਦਾ ਕਰੀ ਬੈਠੇ ਆ। ਪਰ ਇਹਨਾਂ ਦੀ ਸੋਚ ਯਾਰ ਮੈਨੂੰ ਲੱਗਦਾ ਕਿ ਇਹ ਆਪਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੋਏ ਯਾਰ, ਪਿਆਰ ਦਿੱਤਾ ਇਹਨਾਂ ਨੇ। ਅਤੇ ਤੁਹਾਨੂੰ ਨਾ ਕਈ ਲੋਕਾਂ ਨਾਲ ਮਿਲਾਵਾਂਗੇ ਅਤੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਇਹ ਲੋਕਾਂ ਦੇ ਦਿਲ ਦੇ ਵਿੱਚ ਕੀ ਰੀਝ ਆ, ਆਪਾਂ ਨੂੰ ਮਿਲ ਕੇ ਕਿੰਨਾ ਖੁਸ਼ ਹੁੰਦੇ ਆ, ਅਤੇ ਇੱਥੋਂ ਦੇ ਮੌਸਮ ਬਾਰੇ ਸਾਰੀ ਕੱਲੀ ਕੱਲੀ ਜਾਣਕਾਰੀ ਦੇਵਾਂਗੇ। ਇੱਕ ਦਰਸ਼ਕੋ ਤੁਹਾਨੂੰ ਹੋਰ ਗੱਲ ਦੱਸਦੇ ਹਾਂ ਕਿ ਜੂਨ ਦੇ ਵਿੱਚ ਆਉਣ ਦਾ ਕੋਈ ਅੱਡਾ ਤੁੱਕ ਨਹੀਂ ਹੁੰਦਾ, ਕੋਈ ਫਾਇਦਾ ਨਹੀਂ। ਜੇ ਆਉਣਾ ਤਾਂ ਅਪ੍ਰੈਲ ਤੋਂ ਲੈ ਕੇ ਮਈ ਤੱਕ ਆਊ, ਕਿਉਂਕਿ ਜੂਨ 'ਚ ਛੁੱਟੀਆਂ ਹੁੰਦੀਆਂ, ਸਾਰਿਆਂ ਬੱਚਿਆਂ ਦੇ ਮਾਂ ਪਿਓ ਨਾਲ ਆਉਂਦੇ ਆ। ਅਤੇ ਮੈਂ ਕਹਿੰਦਾ ਪਹਿਲਾਂ ਆਉਂਗੇ ਤਾਂ ਇੱਥੋਂ ਦੇ ਜਿਹੜੇ ਹੋਟਲ ਵਗੈਰਾ ਉਹ ਵੀ ਸਸਤੇ ਮਿਲਣਗੇ, ਅਤੇ ਦੂਜੀ ਗੱਲ ਟ੍ਰੈਫਿਕ ਹੈ ਨਹੀਂ ਗੀ, ਕੋਈ ਜਾਮ ਵਗੈਰਾ ਨਹੀਂ। ਇੱਕ ਅਟਲ ਟਰਨਲ ਜਿਹਾ ਚੱਲਿਆ ਨਾ 9 ਕਿਲੋਮੀਟਰ ਦੀ ਲੰਬਾਈ ਵਾਲਾ, ਉਹਦੇ ਨਾਲ ਤਾਂ ਮੈਨੂੰ ਲੱਗਾ 100-200 ਕਿਲੋਮੀਟਰ ਘੱਟ ਰਸਤਾ ਪੈਣ ਲੱਗ ਗਿਆ, ਅਤੇ ਐਂ ਲੱਗਦਾ ਕਿ ਲੇਹ ਇਸ ਤੋਂ 200-250 ਕਿਲੋਮੀਟਰ ਹੀ ਅੱਗੇ ਹੈਗੀ। ਅਤੇ ਮਿਲਾਉਂਦੇ ਹਾਂ ਦਰਸ਼ਕੋ ਤੁਹਾਨੂੰ ਅੱਗੇ ਜਾ ਕੇ ਕਰਦੇ ਹਾਂ ਗੱਲਬਾਤ। ਦਰਸ਼ਕੋ ਆਪਾਂ ਨੂੰ ਦੀਪਕ ਮਿਲਿਆ, ਇਹਦੇ ਨਾਲ ਕਰਦੇ ਹਾਂ ਵੀਰੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਬ੍ਰਦਰ। ਵੀਰੇ ਤੁਸੀਂ ਦੱਸ ਰਹੇ ਜਿਹੜੀ ਆ ਨਦੀ ਜਾ ਰਹੀ ਆ, ਇਹ ਪਾਕਿਸਤਾਨ 'ਚ ਜਾ ਰਹੀ ਆ, ਤੇ ਕਿਵੇਂ ਜਾਂਦੀ ਆ ਇਹ? ਸਾਰਾ ਪਾਣੀ ਇਕੱਠਾ ਹੋ ਕੇ ਪਾਕਿਸਤਾਨ ਦੇ ਵਿੱਚ ਐਂਟਰ ਹੁੰਦਾ। ਤੇ ਬ੍ਰਦਰ ਇੱਕ ਤੁਸੀਂ ਇਹ ਦੱਸ ਦੇ ਕਿ ਇੱਥੇ ਸੇਬ ਵਗੈਰਾ ਲੱਗਦੇ ਆ, ਸਬਜ਼ੀਆਂ ਵਗੈਰਾ ਵੀ ਹੁੰਦੀਆਂ, ਉਹ ਕਿੱਦਾਂ ਕਿਹੜੇ ਮੌਸਮ 'ਚ ਲੱਗਦੀਆਂ? ਇਹ ਤੁਹਾਡੀ ਅਪ੍ਰੈਲ ਤੋਂ ਲੈ ਕੇ ਨਵੰਬਰ ਦਸੰਬਰ ਤੱਕ ਹੈਗਾ ਮੌਸਮ, ਜਿਹਨਾਂ ਦੇ ਵਿੱਚ ਲੱਗਦੀ ਆ ਮਤਲਬ ਟੋਟਲ ਲੱਗਦੀ ਆ। ਮਤਲਬ ਕਿ ਉਹ ਆਪਦੇ ਖਾਣ ਜੋਗਰਾ ਉਹਨਾਂ ਕ ਪੈਸਾ ਕਮਾ ਲੈਂਦੇ ਆ, ਬਾਹਲਾ ਨਹੀਂ ਮਤਲਬ ਕਿ ਹੁੰਦਾ ਜਿਵੇਂ ਪੰਜਾਬ 'ਚ ਹੁੰਦਾ ਕਿਤੇ ਰਾਸਤਾ, ਜਿੰਨਾ ਤਾਂ ਨਹੀਂ ਹੁੰਦਾ, ਪਰ ਕਿਹਾ ਕਿ ਮਤਲਬ ਗੁਜ਼ਾਰਾ ਜਿਹਾ ਹੋ ਜਾਂਦਾ, ਗੁਜ਼ਾਰਾ ਜਿਹਾ ਹੋ ਜਾਂਦਾ। ਛੋਟੀਆਂ ਜ਼ਮੀਨਾਂ ਪਰ ਹੈਗਾ ਕਿ ਮਤਲਬ ਹੈ, ਉਪਜਾਊ ਹੈ ਬਹੁਤ। ਅੱਛਾ, ਉਪਜਾਊ ਆ। ਇੱਕ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਹਿੰਦੇ ਸੀ ਕਿ ਖਾਣਾ ਵਗੈਰਾ ਸਰਦੀਆਂ 'ਚ ਬਹੁਤ ਔਖਾ ਹੋ ਜਾਂਦਾ, ਉਹਦਾ ਕੀ ਸਿਸਟਮ ਹੁੰਦਾ? ਡੀਪੂ ਹੁੰਦੇ ਉਹਨਾਂ ਤੋਂ ਰਾਸ਼ਨ ਰੱਖ ਲੈਂਦੇ, ਜਿਵੇਂ ਨਵੰਬਰ ਮਹੀਨੇ 'ਚ ਮਿਲਦਾ ਪੂਰੇ ਸਾਲ ਦਾ ਰਾਸ਼ਨ ਮਿਲਦਾ ਉਹਨਾਂ ਨੂੰ, ਇਕੱਠਾ ਹੀ ਮਿਲ ਜਾਂਦਾ ਇੱਕ ਵਾਰੀ। ਮਤਲਬ ਜਿਵੇਂ ਰੱਖ ਲਓ ਤੁਸੀਂ 6-7 ਬੋਰੀਆਂ ਇਕੱਠੀਆਂ, ਆਟੇ ਦੀ ਹੋ ਜਾਣੀ ਇਕੱਠੀ, ਚਾਵਲ ਦੀ ਹੋ ਜਾਣੀ, ਮਤਲਬ 19 ਦਾਲ ਹੀ ਮਿਲ ਜਾਣੀ, ਮਤਲਬ ਮਹੀਨੇ ਮਹੀਨੇ ਦੇ ਤੌਰ 'ਤੇ ਜਿਵੇਂ ਆਪਾਂ ਨੀਚੇ ਲੈਂਦੇ ਹਾਂ, ਮਤਲਬ ਸੇਮ ਉਸੇ ਤਰੀਕੇ ਨਾਲ। ਸਰਦੀ 'ਚ ਤਾਂ ਮਤਲਬ ਕਿ ਜਦੋਂ ਬਰਫ਼ ਨਾ ਘੱਟ ਕੇ ਫਿਰ 3-4 ਮਹੀਨੇ ਬੰਦ ਹੀ ਰਹਿੰਦਾ ਫਿਰ, ਮੈਨਸ ਟੈਂਪਰੇਚਰ ਜਾਂਦਾ। ਆਹੋ, ਮਾਈਨਸ ਕਾਫੀ, ਮੈਨੂੰ ਤਾਂ ਲੱਗਦਾ ਜ਼ਿਆਦਾ ਨਹੀਂ, ਮੈਂ 2 ਸਾਲ ਹੋ ਗਏ ਇੱਥੇ, ਤਾਂ ਮੈਨੂੰ ਲੱਗਦਾ ਕਮ ਸੇ ਕਮ 30-35 ਦੇ ਆਸ ਪਾਸ ਮੈਂ ਤਾਂ ਆਪ ਵੀ ਦੇਖਿਆ ਵਾ, ਦੇਖਿਆ ਹੈਗਾ। ਆਹੋ, ਤੇ 6-6 ਫੁੱਟ ਬਰਫ਼ ਤਾਂ ਮੈਂ ਦੇਖਿਆ, ਜਿੱਦਾਂ ਕਿ ਪਾਣੀ ਡੋਲਦੇ ਨੇ, ਪਾਣੀ ਨਾਲ ਦੀ ਨਾਲ ਜੰਮ ਜਾਂਦਾ, ਜਿਵੇਂ ਪਾਣੀ ਡੋਲਤਾ ਆਪਾਂ ਨੀਚੇ ਨਾ, ਹਾਂਜੀ ਉਸ ਟਾਈਮ ਹੀ ਜੰਮ ਗਿਆ, ਮਤਲਬ ਜੰਮ ਗਿਆ। ਮਤਲਬ ਘਰ ਇੱਥੋਂ ਛੱਡ ਕੇ ਜਾਣੇ ਬਹੁਤ ਔਖੇ ਹੋਣਗੇ ਯਾਰ, ਨੀਚੇ ਜਾਣਾ ਰਹਿਣਾ, ਉੱਥੇ ਨਵਾਂ ਸਿਸਟਮ ਬਣਾਉਣਾ, ਇਹ ਚੀਜ਼ਾਂ ਤੁਹਾਨੂੰ ਪ੍ਰੋਬਲਮ ਤਾਂ ਆਉਂਦੀ ਹੈ ਇਹ ਚੀਜ਼? ਉਹ ਤਾਂ ਹੈ,
ਜਿਹੜੇ ਲੋਕ ਇੱਥੇ ਰਹਿੰਦੇ ਆ ਕਿ ਉਹ ਮੌਸਮ ਨਾਲ ਢਲ ਜਾਂਦੇ ਆ ਕਿ ਉਹਨਾਂ ਨੂੰ ਵੀ ਤਕਲੀਫਾਂ ਆਉਂਦੀਆਂ ਜਿਵੇਂ ਹੁੰਦੀ ਜਿਵੇਂ ਕਹਿੰਦੇ ਆ ਕਿ ਜਿਵੇਂ ਜਿਹੜਾ ਮਾਹੌਲ ਹੁੰਦਾ ਉਹਨਾਂ ਹੀ ਟਲਣਾ ਪੈਂਦਾ ਬੰਦੇ ਨੂੰ ਫਿਰ ਜਿਵੇਂ ਰੱਖ ਲਓ ਤੁਸੀਂ ਪੰਜਾਬ ਤੋਂ ਤੁਸੀਂ ਉਸੇ ਮਾਹੌਲ ਨਾਲ ਟਲਦੇ ਹਾਂ ਸਹੀ ਆ ਸਹੀ ਰੱਖ ਲਓ ਤੁਸੀਂ ਬਰਫ਼ ਪੈਂਦੇ ਤਾਂ ਲੋਕ ਉਹਦੇ ਨਾਲ ਵੀ ਇੰਤਜ਼ਾਮ ਕਰਦੇ ਫਿਰ ਹਾਂ ਤਾਰਾ ਇੰਤਜ਼ਾਮ ਕਰਕੇ ਉਹ ਬੰਦੇ ਮਤਲਬ ਰਹਿੰਦੇ ਆ ਫਿਰ ਇੱਧਰ ਨੂੰ ਹਾਂ ਸਹੀ 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 ਤੇ ਮਤਲਬ ਕਿ ਹੋਰ ਤੁਹਾਨੂੰ ਕੋਈ ਸਹੂਲਤਾਂ ਵਗੈਰਾ ਜਾਂ ਕੁਛ ਵੀ ਜਿਵੇਂ ਤਾਂ ਮਤਲਬ ਉਹੀ ਹੈ ਜੋ ਦੇ ਰਹੀ ਹੈ ਸਰਕਾਰ ਛੋਟੀ ਮੋਟੀ ਜੋ ਤੁਹਾਨੂੰ ਮਿਲ ਰਹੀ ਹੈ ਉਹ ਸਾਨੂੰ ਮਿਲ ਰਹੀ ਹੈ ਮਤਲਬ ਕਿ ਮਿਲ ਰਹੀਆਂ ਹੈਗੀਆਂ ਮਤਲਬ ਕੀ ਹੈ ਜਿਵੇਂ ਇੱਥੇ ਲੋਕ ਹੈ ਟਰੈਵਲਿੰਗ ਜੈਸੇ ਮਤਲਬ ਰੱਖ ਲਓ ਹੁਣ ਕੋ ਟਰੈਵਲ ਕਾ ਕੋਟਾ ਵੀ ਮਿਲ ਰਿਹਾ ਹੈ ਹਾਂ ਅਲੱਗ ਅਲੱਗ ਚੀਜ਼ਾਂ ਮਤਲਬ ਜੋ ਚੀਜ਼ਾਂ ਮਤਲਬ ਹਮਾਰੇ ਮਤਲਬ ਇੱਕ ਕਲਚਰ ਕੀ ਬਾਤ ਕੀ ਜਾਏ ਨਾ ਹਾਂ ਤੋ ਹਮਾਰਾ ਔਰ ਇਨਕਾ ਕਲਚਰ ਬਹੁਤ ਅਲੱਗ ਹੈ ਮਤਲਬ ਸਹੀ ਬਾਤ ਹੈ ਸਹੀ ਬਾਤ ਹੈ ਬਹੁਤ ਹੀ ਅਲੱਗ ਮਤਲਬ ਯਹਾਂ ਪੇ ਥੋੜਾ ਜੈਸੇ ਮੰਨ ਲਓ ਹਮਾਰਾ ਤੋ ਹਿੰਦੂ ਧਰਮ ਮੇ ਹੈ ਤੋ ਯਹਾਂ ਪੇ ਜ਼ਿਆਦਾ ਬੁੱਧਿਸਟ ਹੈ ਓਕੇ ਬੌਧਿਕ ਮਤਲਬ ਉਸ ਚੀਜ਼ ਕੋ ਵੀ ਹੈ ਕਿ ਇਨਕਾ ਥੋੜਾ ਸਾ ਮਤਲਬ ਪਹਿਨਾਵਾ ਵੀ ਉਸੇ ਤਰੀਕੇ ਸੇ ਹੈ ਔਰ ਮਤਲਬ ਚਾਲ ਚਲਨ ਵੀ ਉਸੇ ਤਰੀਕੇ ਕਾ ਇਨਕਾ ਸਹੀ ਬਾਤ ਹੈ ਸਹੀ ਬਾਤ ਹੈ ਦਰਸ਼ਕੋ ਤੁਹਾਨੂੰ ਮਿਲਾਉਣਿਆ ਹੋਰ ਵੀ ਆਪਾਂ ਕਈ ਬੰਦਿਆਂ ਨਾਲ ਤੇ ਤੁਹਾਨੂੰ ਦੱਸ ਦਿਆਂ ਕਿ ਆਹ ਸੇਬਾਂ ਦੇ ਬਾਗ ਲੱਗੇ ਹੋਏ ਹੈਗੇ ਤੇ ਤੁਹਾਨੂੰ ਬਾਗ ਵਗੈਰਾ ਵੀ ਦਿਖਾਵਾਂਗੇ ਤੇ ਨੇੜੇ ਜਾ ਕੇ ਠੀਕ ਆ ਦਰਸ਼ਕੋ ਆਹ ਅਸੀਂ ਸੇਬਾਂ ਦੇ ਬੂਟੇ ਤੇ ਆਹ ਦੇਖੋ ਕਟਿੰਗ ਕਰਤੀ ਇਹ ਕਹਿੰਦੇ ਬਸ 15-20 ਦਿਨਾਂ ਨੂੰ ਜਿਹੜਾ ਥੋੜ੍ਹੀ ਬਰਫ਼ ਘਟ ਗਈ ਤੇ ਇਹਨਾਂ ਨੇ ਫਰੂਟ ਚੱਕ ਲੈਣਾ ਗਾ ਦੇਖੋ ਤੇ ਥੱਲੇ ਇਹ ਕਹਿੰਦੇ ਅਸੀਂ ਲਾਉਣੇ ਆ ਭਰਾਵੋ ਮਟਰ ਕਿਉਂਕਿ ਹੁਣ ਤਾਂ ਠੰਡ ਬਹੁਤ ਜ਼ਿਆਦਾ ਆ ਗਈ ਤਾਂ ਕਰਕੇ ਜੇ ਇੱਦਾਂ ਖੜ੍ਹੇ ਹੈਗੇ ਅਤੇ ਆਪਾਂ ਨੂੰ ਦੇਖ ਲਓ 10-11 ਮਹੀਨੇ 'ਚ ਇਹਨਾਂ ਨੇ ਸੇਬ ਖਵਾਉਣੇ ਹੈਗੇ ਇੱਥੋਂ ਜਾਂਦਾ ਮਿੱਤਰੋ ਸਾਹਿਬ ਬਾਗਾਂ ਦੇ ਬਾਗ ਸੇਬਾਂ ਦੇ ਲਾਈ ਬੈਠੇ ਇਹ